ਤੁਸੀਂ ਮੈਨੀਫੈਸਟੋ ਜਾਰੀ ਕਰ ਦਿਓ ਕਰ ਕਰ ਨੌਕਰੀ ਉਹ ਆਪ ਹੀ ਹੈ ਜੀ ਕਰਜ਼ਾ ਗੁਰਕੀ ਮਾਫ ਸਣੇ ਆੜਤੀਆਂ ਦਾ ਠੀਕ ਹੈ ਜੀ ਅਤੇ ਮਜ਼ਦੂਰਾਂ ਨੂੰ ਪਲਾਟ ਪੰਜ ਪੰਜ ਮਰਲੇ ਦੇ ਪੈਨਸ਼ਨ 2500 ਰੁਪਈਆ 52000 ਸ਼ਗਨ ਸਕੀਮ ਦੱਸੋ ਜਿਹਨੂੰ ਮਿਲੀ ਅੱਜ ਸੰਗਰੂਰ ਬੈਠਿਆਂ ਨੂੰ ਸਾਨੂੰ 15-16 ਦਿਨ ਹੋ ਗਏ ਕੋਈ ਨਰਮੇ ਦਾ ਮੁਆਵਜ਼ਾ ਨਹੀਂ ਮਿਲਿਆ ਜਿੰਨੀਆਂ ਵੀ ਗੱਲਾਂ ਨੇ 2 ਦਿਨਾਂ ਦਾ ਟਾਈਮ ਉਹ ਬੇਰੁਜ਼ਗਾਰ ਉਹ ਜਿਹੜੇ ਅਧਿਆਪਕ ਨੇ ਉਹਨਾਂ ਦੇ ਕਿਵੇਂ ਡਾਂਗ ਚਲਾਈ ਹੈ ਉੱਥੇ ਮਾਨਸਾ ਉਹਦੀ ਮੰਗ ਲੈ ਗਿਆ ਕੋਈ ਉਹ 'ਤੇ ਪਰਚਾ ਨਹੀਂ ਹੋਇਆ ਬੰਦੇ 'ਤੇ ਅਸੀਂ ਤਾਂ ਹੈਗਾ ਲੋਕ ਹਿੱਤ ਵਾਲੇ ਲੋਕ ਦੂਜੇ ਹੈਗੇ ਨੇ ਇਕੱਲੀਆਂ ਗੱਲਾਂ ਕਰਨ ਵਾਲੇ ਲੋਕ ਅਸੀਂ ਉਹਦੇ ਵਿੱਚ ਅਸੀਂ ਕਹਿੰਦੇ ਹੈਗੇ ਕਿ 100% ਪੂਰਾ ਨਹੀਂ ਹੋਇਆ 50% ਤੋਂ ਵੱਧ 50 ਤੋਂ ਹੋਇਆ ਨਹੀਂ ਉਹ ਸਾਡੀ ਪਾਰਟੀ ਸਰਕਾਰ ਨੂੰ ਲਾ ਕੇ ਮਾਰਿਆ ਨਾ ਜਿਹੜੇ ਕਰਕੇ ਅੱਜ ਦੀ ਫੋਟੋ ਲੱਗੀ ਹੋਈ ਹੈ ਹਾਂਜੀ ਲਾ ਕੇ ਮਾਰਿਆ ਪਰ ਇਸ ਕਿਸੇ ਨੇ ਨੋਟੀਫਿਕੇਸ਼ਨ ਨਹੀਂ ਕੀਤਾ ਮੋਦੀ ਦੇ ਕਾਲੇ ਕਾਨੂੰਨਾਂ ਦਾ ਸਾਰੀਆਂ ਸਰਕਾਰਾਂ ਇਕੱਲੀਆਂ BJP ਦੇ ਨੇ ਕੀਤਾ ਅਤੇ ਜਾਂ ਆ ਕੇਜਰੀਵਾਲ ਨੇ ਦਿੱਲੀ ਦੀ ਸਰਕਾਰ ਦਾ ਨੋਟੀਫਿਕੇਸ਼ਨ ਜਿਹਦੇ ਪਿੱਛੇ ਤੁਸੀਂ ਡਾਂਗਾ ਖਾ ਕੇ ਆਏ ਹੋ 700 ਬੰਦੇ ਮਰਵਾ ਕੇ ਆਏ ਹੋ ਉਹਨੂੰ ਇਹ ਪੁੱਛਿਓ ਆ ਕੇ ਕਿ ਤੈਨੂੰ ਹੱਕ ਹੈ ਪਿੰਡ 'ਚ ਵੜਨ ਦਾ ਇਹਨੂੰ ਪੁੱਛਿਓ ਕਿ ਅੱਜ ਭੱਠਲ ਦਾ ਇਲਜ਼ਾਮ ਲਾਇਆ ਬਸ ਸੱਚੇ ਹੋ ਗਿਆ ਕਿ ਨਾ ਹੋ ਗਿਆ ਮੈਂ ਕਿਹਾ ਸੀ ਕਿ ਮੋਦੀ ਨੇ ਸਾਈ ਫੜਾਈ ਹੈ ਇਹਨੂੰ ਜਿਹੜਾ ਦਿੱਤਾ ਕਹਿੰਦਾ ਮੈਂ ਪਦਮ ਸ਼੍ਰੀ ਦਿੰਦਾ ਇਸ ਕਰਕੇ ਅੱਜ ਕਿਹੜੇ ਮੂੰਹ ਨਾਲ ਤੁਸੀਂ ਜਾ ਕੇ ਉਸ ਮੋਦੀ ਦੇ ਮੈਂ ਕਹਿੰਦਾ ਯਾਦ ਲੜ ਲਓ ਜੋ ਮਰਜ਼ੀ ਲੜੇ ਇਲੈਕਸ਼ਨ ਪਹਿਲਾਂ ਕਹਿੰਦਾ ਮੈਂ ਲੜਦਾ ਨਹੀਂ ਅਸੀਂ ਮੋਦੀ ਨਾਲ ਰਲਦੇ ਨਹੀਂ ਮੋਦੀ ਦੇ ਪੈਰਾਂ 'ਚ ਬਹਿ ਕੇ ਆਏ ਹੋ ਸਾਡੇ ਕਚਹਿਰੀ 'ਚ ਬੈਠ ਕੇ ਤਾਂ ਗੱਲਾਂ ਕੁਛ ਹੱਲ ਹੋਣਗੀਆਂ ਕੁਛ ਕੀਤੇ ਜਾਣਗੀਆਂ ਇਹ ਸਾਰੇ ਜਿਹੜੇ ਕੀਤੇ ਵਾਅਦੇ ਮੈਂ ਸਮਝਦੀ ਹਾਂ ਕਿ ਜਿਵੇਂ ਕਹਿੰਦੇ ਕਰਜ਼ਾ ਮਾਫ਼ ਸਾਰਿਆਂ ਦਾ ਨਹੀਂ ਕੀਤਾ 40% ਦਾ ਕੀਤਾ ਜਿਹੜੀ ਕਹਿੰਦੇ ਘਰ ਘਰ ਨੌਕਰੀ ਸਰਕਾਰੀ ਘੱਟ ਹੁੰਦਾ ਮੈਂ ਹੁਣ ਅੱਗੇ ਤੋਂ ਅੰਕੜੇ ਵੀ ਲੈ ਕੇ ਆ ਜਾ ਪੱਕੇ ਸਾਰੇ ਥਾਵਾਂ 'ਤੇ ਪ੍ਰਾਈਵੇਟ 'ਤੇ ਕਿੰਨੇ ਹੰਡ ਘਰ ਘਰ ਨਹੀਂ ਦਿੱਤੀ ਗਈ ਉਹਨਾਂ ਨੇ ਦਿੱਤੀ ਕੁਛ ਨੌਕਰੀ ਕਿਉਂਕਿ ਸਾਡੀ ਕਰੋਨਾ ਕਰਕੇ ਸਾਡਾ ਪੈਸਾ ਉਧਰ ਲੱਗ ਗਿਆ ਸੁਣੋ ਮੇਰੀ ਗੱਲ ਮੇਰੀ ਗੱਲ ਤਾਂ ਸੁਣਨਾ ਸਵਾਲ ਕਰ ਲਿਆ ਮੈਂ ਜਵਾਬ ਦੇਣਾ ਇਹ ਤੂੰ ਕੀਤਾ ਅਤੇ ਆਹ ਜਵਾਨ ਦਾ ਕੀਤਾ ਜਿਹੜਾ ਕੁਛ ਸਾਡਾ ਆਹ 5 ਮਰਲੇ ਦਾ ਹੈ 5 ਮਰਲੇ ਦੇ ਪਲਾਟ ਪਿੱਛੇ ਪਹਿਲੀ ਵਾਰ ਸਾਡੇ ਵਾਲੀ ਸਰਕਾਰ ਜਿਹੜੀ ਹੈਗੀ ਹੈ ਹਾਲਾਂਕਿ ਮੈਂ ਸਰਕਾਰ 'ਚ ਨਹੀਂ ਹਾਂ ਅੱਜ ਵੀ ਨਹੀਂ ਹਾਂ ਪਿੱਛੇ ਵੀ ਮੇਰੀ ਚਲੋ ਜਨਤਾ 'ਚ ਕਹਿਣਾ ਨਹੀਂ ਚਾਹੀਦਾ ਚੱਲੀ ਜਾਂ ਨਾ ਚੱਲੀ ਅਸੀਂ ਤਾਂ ਹੈਗੇ ਲੋਕ ਹਿੱਤ ਵਾਲੇ ਲੋਕ ਦੂਜੇ ਹੈਗੇ ਨੇ ਇਕੱਲੀਆਂ ਗੱਲਾਂ ਕਰਨ ਵਾਲੇ ਲੋਕ ਅਸੀਂ ਉਹਦੇ ਵਿੱਚ ਅਸੀਂ ਕਹਿੰਦੇ ਹੈਗੇ ਕਿ 100% ਪੂਰਾ ਨਹੀਂ ਹੋਇਆ 50% ਤੋਂ ਵੱਧ 50 ਤੋਂ ਹੋਇਆ ਨਹੀਂ ਉਹ ਸਾਡੀ ਪਾਰਟੀ ਸਰਕਾਰ ਨੂੰ ਲਾ ਕੇ ਮਾਰਿਆ ਨਾ ਜਿਹੜੇ ਕਰਕੇ ਅੱਜ ਦੀ ਫੋਟੋ ਲੱਗੀ ਹੋਈ ਹੈ ਹਾਂਜੀ ਲਾ ਕੇ ਮਾਰਿਆ ਪਰੇ ਸੀ ਅੱਜ ਆ ਬੰਦਾ ਆਇਆ 2 ਮਹੀਨੇ ਨੂੰ ਚੰਨੀ ਉਤਰ ਜੂਗਾ 2 ਮਹੀਨੇ ਨੂੰ ਕੋਈ ਵੱਡੀ ਗੱਲ ਨਹੀਂ ਫਿਰ ਬਾਕੀ ਮੇਰੀ ਗੱਲ ਸੁਣੋ ਮੈਡਮ ਜੀ ਮੇਰੀ ਗੱਲ ਸੁਣੋ ਚੰਨੀ ਸਾਹਿਬ ਨੇ ਅੱਜ ਦੀ ਘੜੀ ਕਹਿ ਰਹੇ ਨੇ 5.5 ਰੁਪਏ ਰੇਤਾ ਕਰਤਾ ਕਹਿੰਦੇ ਅਸੀਂ ਨੇ ਦੱਸੋ ਜੀ ਕਿਹੜੀ ਦੁਕਾਨ ਤੋਂ ਮਿਲਦਾ ਖੜ ਜੋ ਇਹ ਜਿੱਥੇ ਹੋ ਕੇ ਆਉਣਾ ਇਹ ਕਿਹਾ ਤੁਹਾਨੂੰ ਅਸੀਂ ਸਰਕਾਰ ਦੇ ਫੈਸਲਿਆਂ ਤੇ ਸਰਕਾਰੀ ਮੋਹਰ ਲੱਗ ਸਕਦੀ ਹੈ ਨਾ ਚੰਨੀ ਬਦਲ ਸਕਦਾ ਨਾ ਮੈਂ ਬਦਲ ਮੇਰੀ ਗੱਲ ਸੁਣੋ ਮੈਡਮ ਜਿੱਥੇ ਕਿਤੇ ਆ ਮੁੰਡੇ ਨੇ ਕਹਿ ਰੇਤਾ ਜਿੱਥੇ ਕਿਤੇ ਕੋਈ ਫੜਿਆ ਜਾਵੇ ਵੱਧ ਰੇਸਤੇ ਤੇ ਵੇਚਦੇ ਆਹ ਬੈਠੀਆਂ ਨਾਲ ਲਿਆ ਕੇ ਮੈਂ ਗੱਲ 'ਚ ਸਫਾ ਪਾਉਂਗੀ ਸਾਰੀ ਫੜਾਉਣੇ ਜਿੰਨੀਆਂ ਟਾਲਾ ਨਹੀਂ ਕੇਸ ਦਿਓ ਮੈਨੂੰ ਸਾਡੇ ਨਾਲ ਚੰਨੀ ਦੀ ਆਪਣੇ ਪ੍ਰਧਾਨ ਸਾਹਿਬ ਨਾਲ ਮੀਟਿੰਗ ਹੋਈ ਜੀ 8000 ਰੁਪਇਆ ਉਹ ਮੁਆਵਜ਼ਾ ਦਿੰਦਾ ਸੀ ਨਰਮੇ ਦੀ ਮਾਰ ਫਿਰ 12 ਤੇ ਆ ਗਿਆ 17000 ਤੇ ਗੱਲ ਨਿਬੜ ਗਈ ਅੱਜ ਸਾਨੂੰ 14 ਦਿਨ ਸੰਗਰੂਰ ਬੈਠਿਆਂ ਨੂੰ ਹੋ ਗਏ ਪਹਿਲਾਂ ਦਿੱਲੀ 1.5 ਸਾਲ ਬੈਠਿਆਂ ਨੂੰ ਹੋ ਗਿਆ ਦਿੱਲੀ ਨਾਲ ਦੀ ਤਰੀਕਾ ਇਹਨਾਂ ਨੇ ਬਣਾ ਲਿਆ ਤੁਹਾਡੀ ਸਰਕਾਰ ਨੇ ਅੱਜ ਸੰਗਰੂਰ ਬੈਠਿਆਂ ਨੂੰ ਸਾਨੂੰ 15-16 ਦਿਨ ਹੋ ਗਏ ਕੋਈ ਨਰਮੇ ਦਾ ਮੁਆਵਜ਼ਾ ਨਹੀਂ ਮਿਲਿਆ ਜਿੰਨੀਆਂ ਵੀ ਗੱਲਾਂ ਨੇ 2 ਦਿਨਾਂ ਦਾ ਟਾਈਮ ਉਹ ਬੇਰੁਜ਼ਗਾਰ ਉਹ ਜਿਹੜੇ ਅਧਿਆਪਕ ਨੇ ਉਹਨਾਂ ਦੇ ਕਿਵੇਂ ਡਾਂਗ ਚਲਾਈ ਹੈ ਉੱਥੇ ਮਾਨਸਾ ਉਹਦੀ ਮੰਗ ਲੈ ਗਿਆ ਕੋਈ ਉਹ 'ਤੇ ਪਰਚਾ ਨਹੀਂ ਹੋਇਆ ਬੰਦੇ 'ਤੇ ਨੰਬਰ 2 'ਤੇ ਸਾਡੇ ਪਿੰਡ ਦੇ ਕੰਮ ਨੇ ਆਹ ਹੈਨਰੀ ਸਾਹਿਬ ਆਏ ਸੀ 7 ਮਹੀਨੇ ਪਹਿਲਾਂ 8 ਕਹਿੰਦੇ ਇਹਦਾ 1-2 ਦਿਨਾਂ 'ਚ ਕੰਮ ਸ਼ੁਰੂ ਕਰਾ ਦਾਂਗੇ ਖਾਲਾਂ ਦਾ ਪੱਕੇ ਖਾਲਾਂ ਦਾ ਉੱਥੇ ਹੁਣ ਤੱਕ ਕੋਈ ਉਹਦਾ ਕੰਮ ਨਹੀਂ ਹੋਇਆ ਕੁਛ ਨਹੀਂ ਹੋਇਆ ਸਾਡੇ ਪਿੰਡ ਦਾ ਆਲੇ ਦੁਆਲੇ ਨਾਲਾ ਹੈ ਜਿਹੜਾ ਜੀ ਪਾਣੀ ਸੜਕਾਂ ਉੱਤੋਂ ਦੀ ਚੱਲਦਾ ਨਾਲੇ ਦੇ 2-2 ਰਦੇ ਨਹੀਂ ਲਾਏ ਉਰੋਂ ਪਤਾ ਨਹੀਂ ਇੱਟਾਂ ਟਰਾਲੀਆਂ ਭਰ ਭਰ ਕੇ ਕਿੱਥੇ ਜਾਂਦੀਆਂ ਨੇ ਕਿੱਥੇ ਨਾਲ ਜਾਂਦੀਆਂ ਨੇ ਲਦਾਲ ਜਾਂਦੀਆਂ ਨੇ ਸਹੀ ਗੱਲ ਦਾ ਲਦਾਲ ਸਵਾਲ ਕਰੋ ਸਪੀਚ ਨਾ ਕਰੋ ਮੈਂ ਤੁਹਾਨੂੰ ਸਵਾਲ ਦਾ ਇਸ ਕਰਕੇ ਜਵਾਬ ਦਿੰਨੀ ਆ ਜਿਹੜੀਆਂ ਗੱਲਾਂ ਹੋਈਆਂ ਆ ਪਿੰਡਾਂ ਦੀਆਂ ਠੀਕ ਨੇ ਮੈਂ ਕਹਿੰਦਾ ਠੀਕ ਹੈਗੀਆਂ ਉਹਦੇ 'ਚ ਪੱਖ ਸੁਣ ਲਿਆ ਕਰੋ ਕਸੂਰ ਸੁਣਾਓ ਮਾਰਾ ਹੁਣ ਸੁਣ ਪੱਖ ਇਹਦੇ ਵਿੱਚ ਇਹ ਹੈਗਾ ਕਿ ਤੁਸੀਂ ਕਿਹਨੂੰ ਕਰਾਵਾਂਗੇ ਤੈਨੂੰ ਪਤਾ ਮੈਂ ਹੁਣ ਕਿਸਾਨਾਂ ਦਾ ਇਹ ਮੈਥੋਂ ਪਹਿਲਾਂ ਨਹੀਂ ਕਿਸੇ ਨੇ ਕੀਤਾ ਸੀ ਮੈਂ ਮਾਫ਼ ਕੀਤਾ ਵੱਡੇ ਫੈਸਲੇ ਕੀਤੇ ਤੇ ਪਿੰਡਾਂ ਦੀਆਂ ਨਾਲੀਆਂ ਗਲੀਆਂ ਦਾ ਗੱਲ ਨਾ ਕੱਲਾ ਕਰ ਉਹ ਵੀ ਕੀਤਾ ਵੱਡੇ ਫੈਸਲੇ 'ਚ ਕੋਈ ਨਹੀਂ ਕਰ ਸਕਿਆ ਮੈਂ ਵਾਹ ਉੱਚੀ ਚੱਕ ਕੇ ਕਹਿ ਰਹੀ ਹਾਂ ਉੱਥੇ ਮੈਂ 53 ਫੈਸਲੇ 7 ਏਕੜ ਤੋਂ ਥੱਲੇ ਵਾਲਿਆਂ ਦਾ ਪਾਣੀ ਦਾ ਮਾਫ਼ 5 ਏਕੜ ਤੋਂ ਥੱਲੇ ਜਿਹੜਾ ਕਿਸਾਨ ਹੈ ਉਹਦੀਆਂ ਫਸਲਾਂ ਆਪਣੇ ਹੁਣ ਵੀ ਜਿਵੇਂ ਪੈਂਦੀਆਂ ਮੀਂਹ ਆ ਗਈ ਬਾਰਿਸ਼ ਆ ਗਈ ਹੋਰ ਆ ਗਈ ਨੁਕਸਾਨ ਹੋ ਗਿਆ ਉਹਦਾ ਪੂਰੇ ਦਾ ਪੂਰਾ ਮੁਆਵਜ਼ਾ ਮਿਲੇ ਉਹਦੇ ਵਾਸਤੇ ਮੈਂ ਇੰਸ਼ੋਰੈਂਸ ਸਕੀਮ ਕਿ ਪੈਸੇ ਮੈਂ ਭਰੂੰਗੀ ਕਿਸ਼ਤਾਂ ਦੇ ਉਹ ਫੈਸਲਾ ਲੈ ਕੇ
7 ਏਕੜ ਤੱਕ ਦੇ ਕਿਸਾਨ ਤੇ 7 ਫੈਸਲੇ ਕਿਸਾਨਾਂ ਲਈ ਲੈ ਕੇ ਆ ਬੀਬੀਆਂ ਲਈ ਮੁਫਤ ਬੱਸਾਂ ਦੇ ਪਾਸ ਕਰਕੇ ਬੀਏ ਤੱਕ ਕੁੜੀਆਂ ਦੀ ਜਿਹੜੀ ਹੈਗੀ ਵਿੱਦਿਆ ਫਰੀ ਕਰਕੇ ਔਰ ਨੌਜਵਾਨਾਂ ਦਲਿਤਾਂ ਤੇ ਗਰੀਬਾਂ ਲਈ ਫੈਸਲੇ ਕਰਕੇ 52 ਕਰਕੇ ਰਿਕਾਰਡ ਕਾਇਮ ਕੀਤਾ ਜਿਹੜਾ ਕੋਈ ਹਿੰਦੁਸਤਾਨ ਦਾ ਸੂਬਾ ਨਹੀਂ 83 ਦਿਨਾਂ 'ਚ ਕਰ ਸਕਿਆ। ਠੀਕ ਹੈ ਉਹ ਕੰਮ ਤੀਜਾ ਇੱਕ ਹੋਰ ਬਣਾ ਦਿੰਦੇ ਹਾਂ ਫਿਰ ਉਸ ਤੋਂ ਬਾਅਦ ਇਹਨਾਂ 'ਤੇ ਆਓ। ਤੀਜਾ ਕੰਮ ਸਾਰਿਆਂ ਦਾ ਕਿਸਾਨਾਂ ਦੁਨੀਆ ਹਿੰਦੁਸਤਾਨ ਦਾ ਕਰਜ਼ਾ ਮਾਫ਼ ਹੁੰਦਾ ਸੀਗਾ ਇਕੱਲਾ ਪੰਜਾਬ ਪਾਸੇ ਛੱਡਤਾ ਪੰਜਾਬ ਦਾ ਕਰਜ਼ਾ ਨਹੀਂ ਮਾਫ਼ ਕਰਨਾ ਪੰਜਾਬ ਕੋਲ ਤਾਂ ਬਹੁਤ ਕੁਛ ਹੈ। ਪ੍ਰਧਾਨ ਸੀ ਮੈਂ ਉਦੋਂ ਮੈਂ ਜਾ ਕੇ ਦਿੱਲੀ ਮਨਮੋਹਨ ਸਿੰਘ ਸੀ ਪ੍ਰਾਈਮ ਮਿਨਿਸਟਰ ਸੋਨੀਆ ਜੀ ਨੂੰ ਨਾਲ ਲੈ ਕੇ ਗਈ ਕਿ ਮੇਰੇ ਪੰਜਾਬ ਨਾਲ ਕੋਈ ਵਿਤਕਰਾ ਹੈ ਅਸੀਂ ਉਹਦੀਆਂ ਫਸਲਾਂ 'ਚ ਉਹਦੇ ਢਿੱਡ ਬੰਨ ਕੇ ਜਵਾਕਾਂ ਦਾ ਮੂੰਹ ਬੰਨ ਕੇ ਪਾਉਂਦੇ ਹਾਂ ਉੱਥੇ ਸਾਰਾ ਕੁਛ ਤੁਸੀਂ ਉਸ ਥਾਂ 'ਤੇ ਜਾ ਕੇ ਜਿਹੜਾ ਹੈਗਾ ਸਾਨੂੰ ਬਾਹਰ ਛੱਡ ਦਿੰਦੇ ਹੋ। ਪਹਿਲੀ ਵਾਰ ਸਰਦਾਰ ਮਨਮੋਹਨ ਸਿੰਘ 52,000 ਕਰੋੜ ਰੁਪਈਆ ਜਿਹੜਾ ਮਾਫ਼ ਕੀਤਾ ਸਾਡਾ ਕਿਸਾਨਾਂ ਦਾ ਉਸ ਸਕੀਮ 'ਚ ਮੈਂ ਪਵਾ ਕੇ ਆਈ ਹਾਂ। ਕੋਈ ਮਾਈ ਦਾ ਲਾਲ ਅਕਾਲੀ ਦਲ ਦਾ ਅਜੇ ਬੀਜੇਪੀ ਦਾ ਅਜੇ ਕੋਈ ਆਪ ਦਾ ਅਜੇ ਦੱਸੇ ਮੈਂ ਕਾਂਗਰਸ ਵੱਲੋਂ ਕਰਾ ਕੇ ਤਿੰਨ ਕੰਮ ਸਾਨੂੰ ਵੀ ਟਾਈਮ ਦਿਓ ਬੋਲਣ ਦਾ। ਹਾਂਜੀ ਹਾਂਜੀ ਇਹ ਤਿੰਨ ਪਹਿਲਾਂ ਕਿਸਾਨੀ ਦੇ ਬਾਰੇ ਉੱਥੇ ਬੋਲਣ ਦਾ ਸਮਾਂ ਇਸੇ ਕਰਕੇ ਦਿੱਤਾ ਸੀ ਅਸੀਂ ਨਹੀਂ ਥੋੜੀ ਉਰੇ ਅਸੀਂ ਬੋਲ ਸਕੀਏ ਉਹ ਚਲੋ ਹੋ ਗਿਆ ਹਲੋ ਤਾਂ ਅੱਗੇ ਆ ਜਾਓ ਜੀ ਜਿੱਦੇ ਸਰਕਾਰ ਤੁਸੀਂ ਮੈਨੀਫੈਸਟੋ ਜਾਰੀ ਕਰਦੇ ਹੋ ਕਰ ਕਰ ਨੌਕਰੀ ਸੁਣ ਲਿਓ ਉਹ ਆਪ ਹੀ ਹੈ ਜੀ ਕਰਜ਼ਾ ਗੁਰਕੀ ਮਾਪ ਸਣੇ ਆੜਤੀਆਂ ਦਾ ਠੀਕ ਹੈ ਜੀ ਅਤੇ ਮਜ਼ਦੂਰਾਂ ਨੂੰ ਪਲਾਟ 5-5 ਮਰਲੇ ਦੇ ਪੈਨਸ਼ਨ 2500 ਰੁਪਈਆ 51,000 ਸ਼ਗਨ ਸਕੀਮ ਦੱਸੋ ਕਿਹਨੂੰ ਮਿਲੀ ਦੱਸੋ ਇਹ ਗੱਲ ਹੁਣ ਹਾਂ ਕਾਰਡ ਕੱਢੀ ਕਾਰਡ ਕੱਢੀ ਆਹ ਦੇਖੋ ਜੀ ਇਹ ਨੌਕਰੀ ਦਿੰਦਾ ਜੀ ਆਹ ਨੌਕਰੀ ਤੋਂ ਅਸੀਂ ਰਿਟਾਇਰ ਹੋ ਗਏ ਜੀ ਆਹ ਤੁਹਾਡੀ ਨੌਕਰੀ ਦਿੱਤੀ ਹੋਈ ਜਿਹੜੀ ਅੱਜ ਤੋਂ ਅਸੀਂ ਰਿਟਾਇਰ ਹੋ ਕੇ ਹੁਣ ਰਿਟਾਇਰਮੈਂਟ ਦੀ ਤਨਖਾਹ ਜਿਹੜੀ ਰੱਖੀ ਆ ਮੁੰਡਿਆਂ ਨੇ ਠੀਕ ਰੱਖੀਆਂ ਇਹ ਸਾਡੀ ਪਾਰਟੀ ਮੈਨੀਫੈਸਟੋ 'ਚ ਆਇਆ ਬਸ ਸੀਗਾ ਜਾਇਜ਼ ਗੱਲ ਹੈ ਜੀ ਜੇ ਇਸ ਤਰ੍ਹਾਂ ਆਪਾਂ ਜਾਇਜ਼ ਗੱਲਾਂ ਕਰਾਂਗੇ ਨਾ ਜੇ ਆਪਾਂ ਗੱਲ ਕਰਾਂਗੇ ਲੋਕਾਂ ਦੀ ਕਚਹਿਰੀ 'ਚ ਬੈਠ ਕੇ ਤਾਂ ਗੱਲਾਂ ਕੁਛ ਹੱਲ ਹੋਣਗੀਆਂ ਕੁਛ ਕੀਤੇ ਜਾਣਗੇ ਇਹ ਸਾਰੇ ਜਿਹੜੇ ਕੀਤੇ ਵਾਅਦੇ ਮੈਂ ਸਮਝਦੀ ਹਾਂ ਕਿ ਜਿਵੇਂ ਕਹਿੰਦੇ ਕਰਜ਼ਾ ਮਾਫ਼ ਸਾਰਿਆਂ ਦਾ ਨਹੀਂ ਕੀਤਾ 40% ਕੀਤਾ ਜਿਹੜੀ ਕਹਿੰਦੇ ਘਰ ਘਰ ਨੌਕਰੀ ਸਰਕਾਰੀ ਘੱਟ ਹੁੰਦਾ ਮੈਂ ਹੁਣ ਅੱਗੇ ਤੋਂ ਅੰਕੜੇ ਵੀ ਲੈ ਕੇ ਆਉਣਾ ਉਹਨੇ ਤੁਹਾਡਾ ਸਵਾਲ ਕਰਨਾ ਹੱਕ ਹੈ ਬੇਟਾ ਕਰੋ ਮੈਨੂੰ ਤਾਂ ਸਗੋਂ ਦੱਸਣ ਦਾ ਮੌਕਾ ਮਿਲਦਾ ਤੁਸੀਂ ਮੈਨੂੰ ਤਾਂ ਕੀਤਾ ਜੀ ਨੇ ਇੰਨਾ ਕੁਛ ਕਰਕੇ ਦਿਖਾਇਆ ਵਾ ਪਹਿਲਾਂ ਹੁਣ ਆ ਕੇ ਸੁਣ ਲਾ ਗਿਆ ਨਾ ਮੈਂ 40 ਸਾਲ ਦੀ ਲੱਗੀ ਪਈ ਇੱਥੇ ਤਾਂ ਗੱਡੀਆਂ ਹੁੰਦੀਆਂ ਸੀ ਮੇਰੇ ਆਉਣ ਤੋਂ ਪਹਿਲਾਂ ਮੇਰੇ ਆਉਣ ਤੋਂ ਪਹਿਲਾਂ ਮੇਰੀ ਗੱਲ ਸੁਣੋ ਮੈਡਮ ਜੀ ਚੁੱਪ ਕਰੋ ਆਹ ਪਿੱਛੇ ਮੁੜ ਕੇ ਦੇਖੋ ਜੀ ਉਹ ਨਿੰਮ ਉੱਪਰ ਦੀ ਟਾਵਰ ਲੱਗ ਰਿਹਾ ਮੇਰੇ ਪਿੰਡ ਟਾਵਰ ਲੱਗ ਰਿਹਾ ਜੀ ਸੁਭਾਸ ਸਾਹਿਬ ਵੀ ਤੁਹਾਡੇ ਕੋਲ ਹੀ ਖੜੇ ਨੇ ਇੱਕ ਮਿੰਟ ਮੈਂ ਗੱਲ ਪੂਰੀ ਕਰਦੇ ਪਹਿਲਾਂ ਮੇਰੀ ਸੁਣ ਲਓ ਜੀ ਪਹਿਲਾਂ ਮੇਰੀ ਸੁਣ ਲਓ ਸੁਭਾਸ ਸਾਹਿਬ ਖੜੇ ਨੇ ਇਹਨੂੰ ਪੁੱਛ ਲਓ ਸਰਪੰਚ ਸਾਹਿਬ ਇਹ ਗੱਲ ਕਰਨੇ ਹੁੰਦੇ ਨੇ ਵੀ ਲੋਕਾਂ ਦੇ ਰੌਲੇ ਨਿਬੇੜਦੇ ਹੁੰਦੇ ਨੇ ਕਿ ਲੋਕਾਂ ਦੇ ਪਰਚੇ ਪਵਾ ਕੇ ਪੈਸੇ ਲੈ ਲੈਂਦੇ ਨੇ ਤੁਸੀਂ ਸੁਣਿਆ ਕਿ ਮੈਂ ਚੁਣਿਆ ਸਰਪੰਚ ਚੁਣਿਆ ਹੋਇਆ ਤਾਂ ਪਾਰਟੀ ਦਾ ਤੁਹਾਡੀ ਦਾ ਪ੍ਰੈਸ਼ਰ ਕੋਠੀ 'ਚ ਪੈਂਦਾ ਜੀ ਕੋਈ ਪ੍ਰੈਸ਼ਰ ਨਹੀਂ ਪੈਂਦਾ ਬਿਲਕੁਲ ਪੈਂਦਾ ਜੀ ਸਾਡੀ ਜਥੇਬੰਦੀ ਇੱਕ ਮਿੰਟ ਬਿਲਕੁਲ ਕੋਠੀ 'ਚ ਪ੍ਰੈਸ਼ਰ ਪੈਂਦਾ ਜੀ ਇੱਕ ਮਿੰਟ ਕੋਈ ਸ਼ੱਕ ਨਹੀਂ ਹੈਗਾ ਅਸੀਂ ਦਿੱਲੀ ਗਏ ਹੋਏ ਸੀ ਜੀ ਬਾਅਦ 'ਚ ਸਾਡਾ ਕੱਚਾ ਕੇਡਰ ਸੀ ਉਹਨਾਂ ਨੇ ਝੰਡੇ ਲੈ ਕੇ ਟਾਵਰ ਦਾ ਵਿਰੋਧ ਕਰਤਾ ਇਹਨਾਂ ਨੇ ਉੱਤੇ ਐਸੀ ਐਕਟ ਲਵਾਇਆ ਹੋਰ ਵੀ ਕਈ ਤਰ੍ਹਾਂ ਵਾਂ ਲਵਾ ਕੇ ਉਹਨਾਂ ਦੇ ਪਰਚਾ ਕਰਾਤਾ ਅਸੀਂ ਇਹਨਾਂ ਦੇ ਘਰੇ ਗਏ ਵੀ ਭਾਈ ਤੁਸੀਂ ਨਿਮੇੜ ਲਓ ਪਿੰਡ 'ਚ ਵਿਰੋਧ ਮਾੜਾ ਸੁਣ ਮੇਰੀ ਗੱਲ ਇੱਕ ਹੁੰਦੇ ਆ ਮਾਮਲੇ ਭਾਈਚਾਰਕ ਤੁਹਾਡੇ ਪਿੰਡਾਂ ਦੇ ਉਹ 'ਚ ਨਾ ਇਨਵੋਲਵ ਕਰੋ ਦੂਜੇ ਪਾਸੇ ਸੁਣੋ ਮੇਰੀ ਗੱਲ ਧਿਆਨ 'ਚ ਲਿਆਉਣਾ ਮੇਰੇ ਫਰਜ਼ ਆ ਤੁਹਾਡਾ ਜੇ ਪਿੰਡ ਦਾ ਮਾਮਲਾ ਨਹੀਂ ਪਿੰਡ 'ਚ ਨਿਪਟਿਆ ਤਾਂ ਮੇਰੇ ਧਿਆਨ 'ਚ ਲਿਆਓ ਮੈਂ ਗੱਲ ਕਰੂੰਗੀ ਆ ਕੇ ਜਵਾਕ ਚਲੋ ਸਾਨੂੰ ਜਦੋਂ ਮਰਜ਼ੀ ਪੁੱਛ ਲਿਆ ਤੁਸੀਂ ਮੈਨੂੰ ਕਹਿੰਦੇ ਹੋ ਜਿਹਨੇ 3 ਪੁਸ਼ਤਾਂ ਤੱਕ ਕਿਸਾਨਾਂ ਲਈ ਖੜੇ ਹੋਏ ਤੇ ਤੁਸੀਂ ਸਵਾਲ ਢੀਂਡਸੇ ਨੂੰ ਇਕੱਲੇ ਸਵਾਲ ਹੀ ਕਰੋਗੇ ਤੁਸੀਂ ਜਿਹੜਾ ਹੈ ਕੁਦਨੀਆਂ ਨੂੰ ਇਕੱਲੇ ਸਵਾਲ ਹੀ ਕਰੋਗੇ ਤੁਸੀਂ ਸਾਨੂੰ ਦੱਸ ਇੱਕ ਮਿੰਟ ਮੈਂ ਦੱਸ ਕਰਨਾ ਉਹੀ ਦੱਸ ਦਿੱਤੀ ਕਰਨਾ ਉਹਨਾਂ ਨੂੰ ਇਹ ਪੁੱਛਣਾ ਉਹਨਾਂ ਨੂੰ ਪਿੰਡ ਦੇ ਬਾਹਰ ਨਾ ਡਾਂਗ ਹੀ ਮਾਰਨ ਵਾਲੀ ਗੱਲ ਨਹੀਂ ਹੁੰਦੀ ਇਕੱਲੀ ਵੀ ਡਾਂਗ ਮਾਰੀ ਦੀ ਹੈ ਗੱਲਾਂ ਦੀ ਡਾਂਗ ਹੁੰਦੀ ਹੈ ਪਿੰਡ ਦੇ ਬਾਹਰ ਇਹ ਕਿਹੋ ਪਿੰਡ ਦੇ ਬਾਹਰ ਆਇਆਂ ਨੂੰ ਵੀ ਸਾਰੇ ਹਿੰਦੁਸਤਾਨ ਤੋਂ ਪਹਿਲਾਂ ਕਿਸੇ ਨੇ ਨੋਟੀਫਿਕੇਸ਼ਨ ਨਹੀਂ ਕੀਤਾ ਮੋਦੀ ਦੇ ਕਾਲੇ ਕਾਨੂੰਨਾਂ ਦਾ ਸਾਰੀਆਂ ਸਰਕਾਰਾਂ ਇਕੱਲੀਆਂ ਬੀਜੇਪੀ ਦੇ ਨੇ ਕੀਤਾ ਤੇ ਜਾਂ ਆ ਕੇਜਰੀਵਾਲ ਨੇ ਦਿੱਲੀ ਦੀ ਸਰਕਾਰ ਦਾ ਨੋਟੀਫਿਕੇਸ਼ਨ ਜਿਹਦੇ ਪਿੱਛੇ ਤੁਸੀਂ ਡਾਂਗਾਂ ਖਾ ਕੇ ਆਏ ਹੋ 700 ਬੰਦੇ ਮਰਵਾ ਕੇ ਆਏ ਹੋ ਉਹਨੂੰ ਇਹ ਪੁੱਛਿਓ ਆ ਕੇ ਕਿ ਤੈਨੂੰ ਹੱਕ ਹੈ ਪਿੰਡ 'ਚ ਵੜਨ ਦਾ ਸਵਾਲ ਕਰਨਾ ਤਾਂ ਬਾਅਦ ਦੀ ਗੱਲ ਹੈ ਪਿੰਡ 'ਚ ਆਇਆ ਬਣ ਦਿੰਦੀ ਨਹੀਂ ਆਪਾਂ ਉਹ ਮੈਂ ਤੁਹਾਨੂੰ ਇਹ ਦੱਸਦੀ ਆਪਣਾ ਯਾਦ ਕਰਾਉਣਾ ਜ਼ਰੂਰੀ ਹੈ ਦੂਜੀ ਗੱਲ ਜਿਹੜਾ ਢੀਂਡਸਾ ਹੈ ਇਹਨੂੰ ਪੁੱਛਿਓ ਕਿ ਅੱਜ ਭੱਠਲ ਦਾ ਇਲਜ਼ਾਮ ਲਾਇਆ ਵਾ ਸੱਚੇ ਹੋ ਗਿਆ ਕਿ ਨਾ ਹੋ ਗਿਆ ਮੈਂ ਕਿਹਾ ਸੀ ਕਿ ਮੋਦੀ ਨੇ ਸਾਈ ਫੜਾਈ ਹੈ ਇਹਨੂੰ ਜਿਹੜਾ ਦਿੱਤਾ ਕਹਿੰਦਾ ਮੈਂ ਪਦਮ ਸ਼੍ਰੀ ਦਿੰਦਾ ਇਹਨੂੰ ਸਾਈ ਫੜਾਈ ਆ ਕਿ ਸਾਡੇ ਨਾਲ ਰਲੇਗਾ ਇਸ ਕਰਕੇ ਅੱਜ ਕਿਹੜੇ ਮੂੰਹ ਨਾਲ ਤੁਸੀਂ ਜਾ ਕੇ ਉਸ ਮੋਦੀ ਦੇ
ਮੈਂ ਕਹਿੰਦਾ ਆਜ਼ਾਦ ਲੜ ਲਓ ਜੋ ਮਰਜ਼ੀ ਲੜੇ ਇਲੈਕਸ਼ਨ। ਪਹਿਲਾਂ ਕਹਿੰਦਾ ਮੈਂ ਲੜਦਾ ਨਹੀਂ, ਅਸੀਂ ਮੋਦੀ ਨਾਲ ਰਲਦੇ ਨਹੀਂ। ਮੋਦੀ ਦੇ ਪੈਰਾਂ 'ਚ ਬਹਿ ਕੇ ਆਏ ਹੋ ਸਾਡੇ।